ਵੇਦ ਵੀ ਆਪੇ ਨਾ ਹੋਵੇ ਜਦੋਂ ਇਹ ਲੋਕ ਸਿਆਣੇ ਹੋ ਜਾਣ। ਬ੍ਰੇਨ ਮੈਪਿੰਗ ਕਰਾਓ ਫਿਰ ਜੇ ਪਾਗਲ ਹੈ ਤੇ, ਨਾਰਕੋ ਟੈਸਟ ਕਰਾਓ। ਅਰਜੀ ਦਿੱਤੀ ਅਜੇ ਤੱਕ ਨਹੀਂ ਹੋਇਆ। ਪਰ ਪੁਲਿਸ ਜਿਹੜੀ ਹੈ ਹਮੇਸ਼ਾ ਚੋਣਾਂ ਜੋ ਲੱਗ ਜਾਂਦੀਆਂ ਹਾਲਾਤ ਖਰਾਬ ਕਰ ਦਿੰਦੀ। ਦੇਖੋ ਗੱਲ ਬੇਅਦਬੀਆਂ ਦੇ ਰੁਕਣ ਦੀ ਨਹੀਂ, ਗੱਲ ਇਹ ਹੈ ਕਿ ਸ਼ਰਾਰਤੀ ਅੰਸਰ ਬੇਅਦਬੀਆਂ ਕਰਨ ਵਿੱਚ ਲੋਕਾਂ ਨੂੰ ਪੀੜਾ ਦੇ ਰਿਹਾ। ਬੇਅਦਬੀ ਆਪੇ ਨਾ ਹੋਵੇ ਜਦੋਂ ਇਹ ਲੋਕ ਸਿਆਣੇ ਹੋ ਜਾਣ। ਇਹ ਲੋਕ ਜਿਹੜੇ ਆ ਕਿਹਦੇ ਚੱਕੇ ਚੁਕਾਏ ਆਉਂਦੇ ਆ, ਕਿਹੜੀਆਂ ਏਜੰਸੀਆਂ ਨੇ, ਜਦ ਤੱਕ ਸਰਕਾਰ ਸਖ਼ਤ ਹੋ ਕੇ ਤੈਅ ਤੱਕ ਨਹੀਂ ਪਹੁੰਚਦੀ ਅੰਤ ਤੱਕ, ਉਦੋਂ ਤੱਕ ਇਹ ਰੁਕਣੀਆਂ ਨਹੀਂ। ਅਨੰਦਪੁਰ ਸਾਹਿਬ ਬਈ ਉੱਥੇ ਵੀ ਅਸੀਂ ਅਖੀਰ ਕਿਹਾ ਕਿ ਬ੍ਰੇਨ ਮੈਪਿੰਗ ਕਰਾਓ ਫਿਰ ਜੇ ਪਾਗਲ ਹੈ ਤੇ, ਨਾਰਕੋ ਟੈਸਟ ਕਰਾਓ। ਅਰਜੀ ਦਿੱਤੀ ਅਜੇ ਤੱਕ ਨਹੀਂ ਹੋਇਆ। ਇਸੇ ਤਰ੍ਹਾਂ ਜੋਰੀਆਂ ਕਿਹਾ, ਟੈਸਟ ਵੀ ਨਹੀਂ ਕਰਾਉਂਦੇ, ਕਹਿ ਦਿੰਦੇ ਉਹ ਪਾਗਲ ਹੈ। ਪਰ ਪਾਗਲ ਜਿਹੜਾ ਉਹਨੂੰ ਸਾਰੀਆਂ ਤਰੀਕਾਂ ਵੀ ਚੇਤਾ, ਮੇਰਾ ਵਿਆਹ ਕਦੋਂ ਹੋਇਆ, ਮੈਂ ਅੰਮ੍ਰਿਤ ਕਦੋਂ ਛਕਿਆ, ਮੈਂ ਆਹ ਕਿੱਦਾਂ ਕੀਤਾ, ਇਹ ਸਾਰੀਆਂ ਚੀਜ਼ਾਂ ਦਾ ਜੇ ਚੇਤਾ ਹੈ ਤਾਂ ਫਿਰ ਪਾਗਲ ਕਿੱਦਾਂ ਹੋਇਆ। ਫਿਰ ਉਹਦਾ ਮਨ ਜਿਹੜਾ ਲੁਧਿਆਣੇ ਤੋਂ ਜਾ ਕੇ ਉੱਥੇ ਕੀਤਾ। ਇੱਥੇ ਵੀ ਜੇ ਕਾਕਾ ਜਿਹੜਾ ਕੋਈ ਆਇਆ ਹੋਊਗਾ ਬੰਦਾ, ਅਕਸਰ ਪਿੰਡ ਦਾ ਰਹਿਣ ਵਾਲਾ, ਉਹਨੂੰ ਨਹੀਂ ਪਤਾ ਵੀ ਅੱਗੇ ਸਿਰ ਢੱਕ ਕੇ ਜਾਂਦੇ ਹੈ, ਜੁੱਤੀਆਂ ਲਾ ਕੇ ਜਾਂਦੇ ਹੈ, ਜੋੜੇ ਲਾ ਕੇ ਜਾਂਦੇ ਹੈ, ਫਿਰ ਕੀ ਇਹਦੇ ਪਿੱਛੇ ਕੀ ਚਾਲ ਕੀ ਹੁੰਦੀ ਹੈ। ਇਹ ਤਾਂ ਹੁਣ ਸਰਕਾਰ ਕੱਢੇ ਨਾ ਜੀ, ਪੁਲਿਸ ਕੱਢ ਸਕਦੀ ਹੈ, ਪਰ ਪੁਲਿਸ ਜਿਹੜੀ ਹੈ ਹਮੇਸ਼ਾ ਚੋਣਾਂ ਜੋ ਲੱਗ ਜਾਂਦੀਆਂ ਹਾਲਾਤ ਖਰਾਬ ਕਰ ਦਿੰਦੀ। ਫੇਲੀਅਰ ਪੁਲਿਸ ਦਾ, ਫੇਲੀਅਰ ਸਰਕਾਰ ਦੀ ਤਾਂ ਹੈ ਹੀ ਨਹੀਂ ਜੀ, ਕੋਈ ਨਾਂ ਨਿਸ਼ਾਨ ਹੀ ਨਹੀਂ ਹੈਗਾ। ਫੇਲੀਅਰ ਤਾਂ ਆਪੇ ਦਿਸਦਾ ਵੀ ਕੋਈ ਲਾਅ ਐਂਡ ਆਰਡਰ ਨਹੀਂ, ਕੋਈ ਇਹਨਾਂ ਦੀ ਸੰਜੀਦਗੀ ਨਹੀਂ, ਲੋਕਾਂ ਨੂੰ ਲੜਾ ਲੜਾ ਕੇ ਮਾਰਨ ਵਾਲੀ ਗੱਲ ਜਿਹੜੀ ਹੋ ਗਈ ਹੈ। ਪੀੜਾ ਦੇ ਦੇ ਕੇ ਲੋਕਾਂ ਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਇਹਨਾਂ ਨੇ ਕਿ ਸਿਰਫ ਇਹ ਜਿਹੜੇ ਗੁਰਦੁਆਰੇ 'ਚ ਵੜਦੇ ਆ ਉਹਨਾਂ ਨੂੰ ਡੱਕਣ ਦੀ ਕੋਸ਼ਿਸ਼ ਨਹੀਂ ਕਰਦੇ। ਦੇਖੋ ਗੱਲ ਬੇਅਦਬੀਆਂ ਦੇ ਰੁਕਣ ਦੀ ਨਹੀਂ, ਗੱਲ ਇਹ ਹੈ ਕਿ ਸ਼ਰਾਰਤੀ ਅੰਸਰ ਬੇਅਦਬੀਆਂ ਕਰਨ ਵਿੱਚ ਲੋਕਾਂ ਨੂੰ ਪੀੜਾ ਦੇ ਰਿਹਾ। ਬੇਅਦਬੀ ਆਪੇ ਨਾ ਹੋਵੇ ਜਦੋਂ ਇਹ ਲੋਕ ਸਿਆਣੇ ਹੋ ਜਾਣ। ਇਹ ਲੋਕ ਜਿਹੜੇ ਆ ਕਿਹਦੇ ਚੱਕੇ ਚੁਕਾਏ ਆਉਂਦੇ ਆ, ਕਿਹੜੀਆਂ ਏਜੰਸੀਆਂ ਨੇ, ਜਦ ਤੱਕ ਸਰਕਾਰ ਸਖ਼ਤ ਹੋ ਕੇ ਤੈਅ ਤੱਕ ਨਹੀਂ ਪਹੁੰਚਦੀ ਅੰਤ ਤੱਕ, ਉਦੋਂ ਤੱਕ ਇਹ ਰੁਕਣੀਆਂ ਨਹੀਂ। ਅਨੰਦਪੁਰ ਸਾਹਿਬ ਬਈ ਉੱਥੇ ਵੀ ਅਸੀਂ ਅਖੀਰ ਕਿਹਾ ਕਿ ਬ੍ਰੇਨ ਮੈਪਿੰਗ ਕਰਾਓ ਫਿਰ ਜੇ ਪਾਗਲ ਹੈ ਤੇ, ਨਾਰਕੋ ਟੈਸਟ ਕਰਾਓ। ਅਰਜੀ ਦਿੱਤੀ ਅਜੇ ਤੱਕ ਨਹੀਂ ਹੋਇਆ। ਇਸੇ ਤਰ੍ਹਾਂ ਜੋਰੀਆਂ ਕਿਹਾ, ਟੈਸਟ ਵੀ ਨਹੀਂ ਕਰਾਉਂਦੇ, ਕਹਿ ਦਿੰਦੇ ਉਹ ਪਾਗਲ ਹੈ। ਪਰ ਪਾਗਲ ਜਿਹੜਾ ਉਹਨੂੰ ਸਾਰੀਆਂ ਤਰੀਕਾਂ ਵੀ ਚੇਤਾ, ਮੇਰਾ ਵਿਆਹ ਕਦੋਂ ਹੋਇਆ, ਮੈਂ ਅੰਮ੍ਰਿਤ ਕਦੋਂ ਛਕਿਆ, ਮੈਂ ਆਹ ਕਿੱਦਾਂ ਕੀਤਾ, ਇਹ ਸਾਰੀਆਂ ਚੀਜ਼ਾਂ ਦਾ ਜੇ ਚੇਤਾ ਹੈ ਤਾਂ ਫਿਰ ਪਾਗਲ ਕਿੱਦਾਂ ਹੋਇਆ। ਫਿਰ ਉਹਦਾ ਮਨ ਜਿਹੜਾ ਲੁਧਿਆਣੇ ਤੋਂ ਜਾ ਕੇ ਉੱਥੇ ਕੀਤਾ। ਇੱਥੇ ਵੀ ਜੇ ਕਾਕਾ ਜਿਹੜਾ ਕੋਈ ਆਇਆ ਹੋਊਗਾ ਬੰਦਾ, ਅਕਸਰ ਪਿੰਡ ਦਾ ਰਹਿਣ ਵਾਲਾ, ਉਹਨੂੰ ਨਹੀਂ ਪਤਾ ਵੀ ਅੱਗੇ ਸਿਰ ਢੱਕ ਕੇ ਜਾਂਦੇ ਹੈ, ਜੁੱਤੀਆਂ ਲਾ ਕੇ ਜਾਂਦੇ ਹੈ, ਜੋੜੇ ਲਾ ਕੇ ਜਾਂਦੇ ਹੈ, ਫਿਰ ਕੀ ਇਹਦੇ ਪਿੱਛੇ ਕੀ ਚਾਲ ਕੀ ਹੁੰਦੀ ਹੈ। ਇਹ ਤਾਂ ਹੁਣ ਸਰਕਾਰ ਕੱਢੇ ਨਾ ਜੀ, ਪੁਲਿਸ ਕੱਢ ਸਕਦੀ ਹੈ, ਪਰ ਪੁਲਿਸ ਜਿਹੜੀ ਹੈ ਹਮੇਸ਼ਾ ਚੋਣਾਂ ਜੋ ਲੱਗ ਜਾਂਦੀਆਂ ਹਾਲਾਤ ਖਰਾਬ ਕਰ ਦਿੰਦੀ। ਫੇਲੀਅਰ ਪੁਲਿਸ ਦਾ, ਫੇਲੀਅਰ ਸਰਕਾਰ ਦੀ ਤਾਂ ਹੈ ਹੀ ਨਹੀਂ ਜੀ, ਕੋਈ ਨਾਂ ਨਿਸ਼ਾਨ ਹੀ ਨਹੀਂ ਹੈਗਾ। ਫੇਲੀਅਰ ਤਾਂ ਆਪੇ ਦਿਸਦਾ ਵੀ ਕੋਈ ਲਾਅ ਐਂਡ ਆਰਡਰ ਨਹੀਂ, ਕੋਈ ਇਹਨਾਂ ਦੀ ਸੰਜੀਦਗੀ ਨਹੀਂ, ਲੋਕਾਂ ਨੂੰ ਲੜਾ ਲੜਾ ਕੇ ਮਾਰਨ ਵਾਲੀ ਗੱਲ ਜਿਹੜੀ ਹੋ ਗਈ ਹੈ। ਪੀੜਾ ਦੇ ਦੇ ਕੇ ਲੋਕਾਂ ਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਇਹਨਾਂ ਨੇ ਕਿ ਸਿਰਫ ਇਹ ਜਿਹੜੇ ਗੁਰਦੁਆਰੇ 'ਚ ਵੜਦੇ ਆ ਉਹਨਾਂ ਨੂੰ ਡੱਕਣ ਦੀ ਕੋਸ਼ਿਸ਼ ਨਹੀਂ ਕਰਦੇ।